ਇਹ ਹਾਲ ਹੋ ਗਿਆ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ। ਉਹ ਵੀਡੀਓ ਤੁਸੀਂ ਵੇਖੀ ਹੋਣੀ ਏ, ਮਹਾਰਾਜ ਦਾ ਸਰੂਪ ਸਿਰ ਤੇ ਚੁੱਕਿਆ ਏ, ਮਗਰ ਇੱਕ ਭੈਣ ਨੇ ਵਾਲ ਖਿਲਾਰੇ ਆ ਤੇ ਚੌਰ ਸਾਹਿਬ ਫੜਿਆ ਹੱਥ ਚ, ਤੇ ਅੱਗੇ ਇੱਕ ਨੰਗੇ ਸਿਰ, ਤੇ ਕੋਈ ਗ੍ਰੰਥੀ ਸਿੰਘ ਨੀ ਤੇ ਕੋਈ ਪ੍ਰਬੰਧਕ ਕਮੇਟੀ ਨੀ, ਕਿਉਂਕਿ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਗੁਰੂ ਦੇ ਸਤਿਕਾਰ ਲਈ ਨਹੀਂ, ਗੁਰੂ ਦੇ ਅੱਗੇ ਪਈ ਗੋਲਕ ਲਈ ਸਮਝਦੇ। ਇਹ ਸਮਝਦੇ ਆ ਕਿ ਸ਼ਾਇਦ ਸਾਨੂੰ ਗੁਰੂ ਘਰ ਦੇ ਪ੍ਰਬੰਧਕ ਗੋਲਕ ਸਾਂਭਣ ਲਈ ਬਣਾਇਆ ਏ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਲਈ ਫਿਰੇ, ਬਸ ਲਿਫਾਫਾ ਇਹਨਾਂ ਦੇ ਦਫ਼ਤਰ ਆਉਣਾ ਚਾਹੀਦਾ ਹੈ ਤੇ ਇਹਨਾਂ ਦੀ ਜ਼ਿੰਮੇਵਾਰੀ ਖਤਮ। ਅੱਗੇ ਜੋ ਮਰਜ਼ੀ ਹੋਵੇ ਫਿਰ ਆਪਾਂ ਕਹਿੰਦੇ ਹਾਂ ਕਿ ਬੇਅਦਬੀਆਂ ਹੁੰਦੀਆਂ ਹੈ। ਜਦੋਂ ਪ੍ਰਬੰਧਕ ਹੀ ਇੰਨੇ ਵੇਸਲੇ ਹੋ ਗਏ ਤੇ ਉਦੋਂ ਬੇਅਦਬੀਆਂ ਨਾ ਹੋਣ ਤੇ ਹੋਰ ਕੀ ਹੋਵੇ। ਪ੍ਰਬੰਧਕ ਕਮੇਟੀਆਂ ਦਾ ਕੰਮ ਆ ਗੁਰੂ ਦੇ ਅਦਬ ਤੋਂ ਲੈ ਕੇ ਸੰਗਤ ਦੇ ਸਤਿਕਾਰ, ਗੁਰੂ ਘਰ ਦੇ ਹੋਰ ਸਾਰੇ ਪ੍ਰਬੰਧ ਵੇਖਣੇ, ਪਰ ਇਹ ਵਾਲੀਆਂ ਪ੍ਰਬੰਧਕ ਕਮੇਟੀਆਂ ਗੋਲਕ ਤੇ ਆ ਕੇ ਇਹਨਾਂ ਦੀ ਸਾਰੀ ਜ਼ਿੰਮੇਵਾਰੀ, ਸਾਰੇ ਪ੍ਰਬੰਧ ਖਤਮ ਹੋ ਜਾਂਦੇ। ਹੋਰ ਜੋ ਮਰਜ਼ੀ ਹੋਈ ਫਿਰੇ, ਲਿਫਾਫਾ ਦਫ਼ਤਰ ਪਹੁੰਚਿਆ ਨਹੀਂ ਤੇ ਜ਼ਿੰਮੇਵਾਰੀ ਖਤਮ। ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕ ਕੇ ਜਿੱਥੇ ਮਰਜ਼ੀ ਲੈ ਜੇ, ਕੋਈ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ। ਤੇ ਉਦਾਂ ਜੇ ਕਿਤੇ ਸੇਵਾਦਾਰ ਕਹਿ ਦਈਏ ਨਾ ਕਿ ਗੁਰੂ ਘਰ ਦੇ ਸੇਵਾਦਾਰ, ਤੇ ਇਹਨਾਂ ਨੂੰ ਚਿੜ ਮੱਚ ਜਾਂਦੀ ਹੈ ਕਿ ਪ੍ਰਧਾਨ ਕਿਉਂ ਨਹੀਂ ਲਾਇਆ ਨਾਲ, ਮੈਨੇਜਰ ਕਿਉਂ ਨਹੀਂ ਲਾਇਆ ਨਾਲ, ਕੈਸ਼ੀਅਰ ਕਿਉਂ ਨਹੀਂ ਲਾਇਆ ਨਾਲ। ਦੀ ਭ੍ਰਿਸ਼ਟ ਹੋ ਗਈ ਸਾਡੀ ਗੁਰੂ ਘਰ ਦਾ ਧਨ ਖਾ ਖਾ ਕੇ, ਗੁਰੂ ਘਰ ਅਹੁਦਿਆਂ ਤੇ ਬਹਿ ਬਹਿ ਕੇ ਇੰਨੇ ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ ਕਿ ਜਿੰਨੇ ਸਾਨੂੰ ਇੱਥੋਂ ਦੇ ਪ੍ਰਬੰਧਕ ਬਣਾਇਆ ਹੈ ਉਹਦੀ ਸਾਰ ਨਹੀਂ ਰਹੀ ਸਾਨੂੰ।